ਸਿਸਟਮ। ਧੰਨ ਧੰਨ ਬਾਬਾ ਭਾਗੀ ਸ਼ਾਹ ਸਰਕਾਰ ਜੀ ਮਸਤਾਨਾ ਜੀ, ਦਰਬਾਰ ਅੱਧੀ ਇੱਟ ਝੀਰ ਦਾ ਖੂਹ ਦਤਾਰਪੁਰ ਰੋਡ। ਅੱਜ ਇੱਥੇ 26 ਜਨਵਰੀ ਦੀ ਗਣਤੰਤਰ ਦਿਵਸ ਦੇ ਮੌਕੇ 'ਤੇ ਦੂਸਰਾ ਸਾਲਾਨਾ ਸ਼ਹੀਦੀ ਦਿਵਸ ਮਨਾਇਆ ਗਿਆ, ਜਿਸ ਦੇ ਵਿੱਚ ਸਾਈਂ ਬਿੱਲਾ ਜੀ ਦੀ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਤੇ ਆਪਣੇ ਵੀਰ ਜਵਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਅਤੇ ਉਹਨਾਂ ਦੇ ਸਨਮਾਨ ਦੇ ਤੌਰ 'ਤੇ ਇਹ ਦੂਸਰਾ ਸਾਲਾਨਾ ਮੇਲਾ ਮਨਾਇਆ ਗਿਆ, ਜਿਸ ਦੇ ਵਿੱਚ ਦੂਰੋਂ ਦੂਰੋਂ ਆਏ ਹੋਏ ਆਪਣੇ ਸ਼ਹੀਦ ਪਰਿਵਾਰਾਂ ਨੂੰ ਸਾਡੇ ਮੁੱਖ ਮਹਿਮਾਨ ਸ਼੍ਰੀ ਜੰਗੀ ਲਾਲ ਜੀ ਮਹਾਜਨ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ਼੍ਰੀ ਸੰਜੀਵ ਬਾਂਸਲ ਜੀ ਅਤੇ ਹੋਰ ਅਜਿਹਾ ਹੋਈਆਂ ਕੁਛ ਮੁੱਖ ਮਹਿਮਾਨ ਹਸਤੀਆਂ ਨੇ ਸਨਮਾਨਿਤ ਕੀਤਾ, ਅਤੇ ਸਾਡੇ ਜੰਗੀ ਲਾਲ ਮਹਾਜਨ ਜੀ ਅਤੇ ਸੰਜੀਵ ਬਾਂਸਲ ਜੀ ਉਹਨਾਂ ਨੇ ਅੱਜ 26 ਜਨਵਰੀ ਦੇ ਦਿਹਾੜੇ ਦੇ ਉੱਤੇ 26 ਜਨਵਰੀ ਦੇ ਮਹੱਤਤਾ ਦੇ ਬਾਰੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕੀਤਾ, ਅਤੇ 26 ਜਨਵਰੀ ਦੇ ਸੰਵਿਧਾਨ ਦੇ ਬਾਰੇ ਉਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ, ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਤਨਮਸਤਕ ਹੋ ਕੇ ਉਹਨਾਂ ਨੂੰ ਆਪਣੇ ਵੱਲੋਂ ਨਿੱਘੇ ਦਿਲੋਂ ਪ੍ਰਣਾਮ ਕੀਤੇ, ਅਤੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਉਹਨਾਂ ਸ਼ਹੀਦਾਂ ਨੂੰ ਵੀ ਆਪਣੇ ਸ਼ਹੀਦੀ ਦੇ ਉੱਤੇ ਉਹਨਾਂ ਨੂੰ ਆਪਣੇ ਵੱਲੋਂ ਨਮਨ ਕੀਤੇ। ਧੰਨਵਾਦ। ਹਰਮੇਸ਼ ਸਿੰਘ ਰਾਣਾ ਗਗਨ ਤੋਂ, ਰਮੇਸ਼ ਕੁਮਾਰ ਦੀ ਮਾਤਾ ਜੀ ਵੱਲੋਂ 500 ਰੁਪਇਆ ਬੱਚੀਆਂ ਨੂੰ ਇਨਾਮ ਦਿੱਤਾ ਜਾ ਰਿਹਾ ਹੈ। ਸ਼ਹੀਦ ਸਿਪਾਹੀ ਤਰਸੇ ਕੀਤਾ ਜਾ ਰਿਹਾ ਹੈ, ਬਹੁਤ ਹੀ ਬਿਜੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲ ਹਾਜ਼ਰ ਹੋਏ ਸੀ, ਪਰ ਸਮਾਂ ਥੋੜਾ ਹੋਣ ਕਰਕੇ ਉਹਨਾਂ ਨੂੰ ਜਾਣਾ ਪੈ ਰਿਹਾ ਹੈ। ਸਾਈਂ ਜੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਵਿਸ਼ਿਸ਼ਟ ਭਾਰਤੀ ਜੀ ਤੇ ਚੰਗੀ ਲਾਲ ਮਹਾਜਨ ਜੀ ਨੂੰ ਵੀ ਸਨਮਾਨ ਚਿੰਨ੍ਹ ਦਿੱਤਾ ਜਾ ਰਿਹਾ ਹੈ। ਛੋਟੇ ਮਾਤਾ ਜੀ ਨੂੰ ਵੀ ਸਾਹਮਣੇ ਸ਼ਹੀਦ ਰਿਸ਼ੀ ਕੁਮਾਰ ਬਹਿਚੂੜ, ਸ਼ਹੀਦ ਬਹਾਦਰ ਸਿੰਘ ਕੋਟ, ਸ਼ਹੀਦ ਪਵਨ ਸਿੰਘ ਨੰਗਲ, ਸ਼ਹੀਦ ਪਵਨ ਕੁਮਾਰ ਕੁੰਭੋਤਾੜ, ਸ਼ਹੀਦ ਨਿਰੰਜਨ ਸਿੰਘ ਪਵਨੋਰ, ਸ਼ਹੀਦ ਬੰਦੇਸ਼ਵਰ ਸਿੰਘ ਚੰਗੜਵਾ, ਸ਼ਹੀਦ ਦੇਸ ਰਾਜ ਪਡਿਆਰਾ ਪਡਿਆਰਾ,
ਸ਼ਹੀਦ ਜਵਾਹਰ ਲਾਲ ਪਟਿਆਰਾ। ਸਿੰਪਲ ਕੁਮਾਰ ਸੈਦੋ ਨੌਸ਼ਹਿਰਾ। ਸ਼ਹੀਦ ਰਕੇਸ਼ ਕੁਮਾਰ ਰੈਪਰ। ਸੁਰਿੰਦਰ ਕੁਮਾਰ ਨੌਸ਼ਹਿਰਾ। ਸਾਹਮਣੇ ਦੇਖੋ।